ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ 300 ਟਰੱਕ ਰੋਜ਼ ਦਾ ਹਿਮਾਚਲ ਦਾ ਭਰ ਕੇ ਜਾਂਦਾ। 300 ਟਰੱਕ ਦਾ ਮਤਲਬ ਹੈ ਕਿ 50 ਲੱਖ ਰੁਪਈਆ ਰੋਜ਼ ਦਾ ਜਿਹੜਾ ਪੰਜਾਬੀਆਂ ਨੇ ਕਮਾਉਣਾ ਇੱਕ ਇੱਕ ਜ਼ਿਲ੍ਹੇ ਦੇ ਵਿੱਚੋਂ ਉਹ ਹਿਮਾਚਲ ਦੇ ਲੋਕ ਕਮਾ ਰਹੇ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੀ ਇਕਨੋਮੀ ਦਾ ਬਹੁਤ ਵੱਡਾ ਥੰਮ ਨੇ ਡਰਾਈਵਰ ਵੀ, ਕਿਉਂਕਿ ਟਰੱਕਾਂ ਦੇ ਨਾਲ ਹੀ ਸਾਡੀ ਇਕਨੋਮੀ ਚੱਲਦੀ ਹੈ ਅਤੇ ਟਰੱਕ ਡਰਾਈਵਰ ਚਲਾਉਂਦੇ ਨੇ। ਪਰ ਡਰਾਈਵਰ ਵੀਰਾਂ ਦੇ ਉੱਪਰ ਕੋਈ ਵੀ ਨਾ ਤਾਂ ਲੇਬਰ ਲਾਜ਼ ਇੰਪਲੀਮੈਂਟ ਹੋ ਰਹੇ, ਇੱਥੋਂ ਤੱਕ ਕਿ ਕਿਸੇ ਰਿਕਾਰਡ 'ਤੇ ਵੀ ਨਹੀਂ ਹੁੰਦਾ ਉਹਨਾਂ ਦਾ ਕੰਮ। ਉਹ ਜਿਹੜਾ ਸਾਰਾ ਮਟੀਰੀਅਲ ਹੈ ਉਹ ਪੰਜਾਬ ਦੇ ਟਰੱਕ ਲੋਡ ਕਰਕੇ ਨਹੀਂ ਲੈ ਕੇ ਜਾਂਦੇ, ਉਹ ਹਿਮਾਚਲ ਦੇ ਟਰੱਕ ਲੋਡ ਕਰਕੇ ਲੈ ਕੇ ਜਾਂਦੇ ਆ। ਹਿਮਾਚਲ ਦੇ ਟਰੱਕ ਲੋਡ ਕਰਕੇ ਇਸ ਲਈ ਲੈ ਕੇ ਜਾਂਦੇ ਆ ਕਿਉਂਕਿ ਪੰਜਾਬ ਦਿਆਂ ਟਰੱਕਾਂ ਨੂੰ ਇਹ ਅਲਾਊਡ ਨਹੀਂ ਹੈ ਕਿ ਉਹ ਹਿਮਾਚਲ ਤੋਂ ਕੋਈ ਮਟੀਰੀਅਲ ਪੰਜਾਬ 'ਚ ਲੈ ਕੇ ਆ ਸਕੇ। ਜਦੋਂ ਹਿਮਾਚਲ ਤੋਂ ਉਹਨਾਂ ਨੂੰ ਵਾਪਸੀ ਦਾ ਮਟੀਰੀਅਲ ਨਹੀਂ ਮਿਲਦਾ ਫਿਰ ਪੰਜਾਬ ਵਾਲਿਆਂ ਨੂੰ ਇਹ ਵਾਰੇ ਨਹੀਂ ਖਾਂਦਾ ਇੱਥੋਂ ਮਟੀਰੀਅਲ ਲੈ ਕੇ ਜਾਣਾ। ਜਿਹੜੇ ਕੈਨੇਡਾ 'ਚ ਜਾ ਕੇ, ਅਮੈਰੀਕਾ 'ਚ ਜਾ ਕੇ, ਅਰਬ ਦੇਸ਼ਾਂ 'ਚ ਜਾ ਕੇ ਉੱਥੇ ਵੀ ਇਹੀ ਡਰਾਈਵਰੀ ਕਰਦੇ ਨੇ, ਪਰ ਕਿਉਂਕਿ ਉੱਥੇ ਲਾਜ਼ ਚੰਗੇ ਨੇ, ਉੱਥੇ ਲੇਬਰ ਲਾਜ਼ ਚੰਗੇ ਨੇ, ਉਹ ਉੱਥੇ ਇਸ ਕਰਕੇ ਜਿਹੜਾ ਇਸ ਚੀਜ਼ ਨੂੰ ਵੀ ਇੱਕ ਸਟੇਟਸ ਦੇ ਨਾਲ ਕਰਦੇ ਨੇ। ਪਰ ਇੱਥੇ ਇਹਨਾਂ 'ਤੇ ਚੰਗੀ ਲਾਜ਼ ਇੰਪਲੀਮੈਂਟ ਨਾ ਹੋਣ ਕਰਕੇ ਡਰਾਈਵਰ ਵੀਰਾਂ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਰੱਖੀ ਜਾ ਰਹੀ ਹੈ। ਡਰਾਈਵਰ ਜਦੋਂ ਰਿਕਾਰਡ 'ਤੇ ਨਹੀਂ ਹੈ ਉਹਨਾਂ ਦਾ ਇਸ ਕਰਕੇ ਕੋਈ ਨਾ ਤਾਂ ਜਿਹੜਾ ESI ਹੈ ਜਿਹੜੀ ਸਟੇਟ ਇੰਸ਼ੋਰੈਂਸ ਹੈ ਨਾ ਤਾਂ ਉਹ ਹੱਕ ਉਹਨਾਂ ਨੂੰ ਮਿਲ ਰਿਹਾ, ਨਾ EPF ਦਾ ਹੱਕ ਉਹਨਾਂ ਨੂੰ ਮਿਲ ਰਿਹਾ, ਨਾ ਹੀ ਉਹਨਾਂ ਦੇ ਕੋਈ ਵਰਕਿੰਗ ਆਵਰਸ ਫਿਕਸ ਨੇ, ਨਾ ਹੀ ਉਹਨਾਂ ਦੀ ਲੌਗ ਬੁੱਕ ਹੈ, ਨਾ ਹੀ ਉਹਨਾਂ ਦਾ ਹਾਜ਼ਰੀ ਰਜਿਸਟਰ ਹੈ, ਮਤਲਬ ਕਿ ਬਿਲਕੁਲ ਵਾਇਲੇਸ਼ਨ ਹੋ ਰਹੀ ਹੈ। ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਜਿਹੜਾ ਉਹ ਕਹਿ ਦਿੱਤਾ, ਐਲਾਨ ਵੀ ਕਰ ਦਿੱਤਾ, ਲਾਗੂ ਵੀ ਕਰਵਾ ਦਿੱਤਾ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਪ੍ਰਾਈਵੇਟ ਉਹ 100% ਨੌਕਰੀਆਂ ਪੰਜਾਬੀਆਂ ਨੂੰ ਦੇਵੇਗੀ ਜਦੋਂ ਤੱਕ ਕਿ ਕੋਈ ਐਸੀ ਗੱਲ ਕੰਡੀਸ਼ਨ ਨਾ ਹੋਵੇ ਕਿ ਜਿਹੜਾ ਟੈਲੈਂਟ ਉਹਨਾਂ ਨੂੰ ਚਾਹੀਦਾ, ਜਿਹੜੀ ਸਕਿੱਲ ਉਹਨਾਂ ਨੂੰ ਚਾਹੀਦੀ ਉਹ ਪੰਜਾਬ 'ਚ ਮਿਲਣੀ ਰਹੀ। ਪੰਜਾਬ ਦੇ ਵਿੱਚ 7,16,000 ਟਰਾਂਸਪੋਰਟ ਵਹੀਕਲ ਨੇ, ਜੇ 7,16,000 ਟਰਾਂਸਪੋਰਟ ਵਹੀਕਲ ਨੇ ਤਾਂ ਨੈਚੁਰਲੀ ਹੈ ਕਿ ਇੰਨੇ ਹੀ 7,16,000 ਹੀ ਡਰਾਈਵਰ ਵੀ ਨੇ। ਪਰ ਜੋ ਰਿਕਾਰਡ ਸਾਡੇ ਲੇਬਰ ਮਿਨਿਸਟਰ ਨੇ ਪ੍ਰੈਜੈਂਟ ਕੀਤਾ ਉਹਨਾਂ ਦੇ ਮੁਤਾਬਕ ਸਿਰਫ 11,000 ਡਰਾਈਵਰ ਉਹਨਾਂ ਕੋਲ ਰਜਿਸਟਰਡ ਨੇ। ਗੱਲ ਹੁੰਦੀ ਹੈ ਕਿ MLA ਜਦੋਂ ਆਮ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਪਰੇਸ਼ਾਨੀਆਂ ਚੱਕਦਾ ਤੇ ਸਾਫ਼ ਤੌਰ ਤੇ ਗੱਲ ਹੁਣ ਤੱਕ ਇਹ ਦੇਖਣ ਨੂੰ ਮਿਲੀ ਹੈ ਕਿ ਸੈਸ਼ਨ ਦੇ ਵਿੱਚ ਜਦੋਂ ਕੋਈ ਲੀਡਰ ਬੋਲਦਾ ਇਹ ਹੁੰਦਾ ਕਿ ਬਹੁਤ ਪੰਜਾਬ ਦਾ ਵੱਡਾ ਮੁੱਦਾ ਚੱਕ ਕੇ ਚੱਲੀਏ ਤਾਂ ਹੀ ਕੋਈ ਵੱਡੀ ਹਾਜ਼ਰੀ ਰੱਖੂਗੀ। ਦਿਨੇਸ਼ ਚੱਡਾ ਨੇ ਸਾਡੇ ਨਾਲ 2-3 ਮਸਲੇ ਇਹਨਾਂ ਦੇ ਬੜੇ ਵਧੀਆ ਨੇ ਕਿ ਆਖਰਕਾਰ ਜਿਹੜੀ ਇਹਨਾਂ ਨੇ ਆਮ ਲੋਕਾਂ ਦੀ ਤਾਂ ਗੱਲ ਕਰੀ ਕਰੀ, ਇਹਨਾਂ ਨੇ ਤਾਂ ਡਰਾਈਵਰਾਂ ਦੀ ਵੀ ਕਰੀ ਜਿਹਨਾਂ ਦੀ ਖੈਰ ਕੋਈ ਸੁਣਦਾ ਨਹੀਂ, ਕਿਉਂਕਿ ਜਿਹੜਾ ਸਭ ਸਹੀ ਕਿਹਾ ਕਿ ਡਰਾਈਵਰਾਂ ਤੋਂ ਕੋਈ ਕਿਸੇ ਗਿਣਤੀ ਮਿਣਤੀ 'ਚ ਲੈਂਦੇ ਹੀ ਨਹੀਂ ਅਤੇ ਆਖਰਕਾਰ ਤੁਸੀਂ ਉਹਨਾਂ ਦਾ ਮਸਲਾ ਚੁੱਕਿਆ। ਮੇਨ ਸ਼ੁਰੂਆਤ ਕਿੱਥੋਂ ਹੋਈ, ਕਿੱਥੋਂ ਲੱਗਿਆ ਤੁਹਾਨੂੰ ਕਿ ਇਹਨਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ? ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੀ ਇਕਨੋਮੀ ਦਾ ਬਹੁਤ ਵੱਡਾ ਥੰਮ ਨੇ ਡਰਾਈਵਰ ਵੀਰ, ਕਿਉਂਕਿ ਟਰੱਕਾਂ ਦੇ ਨਾਲ ਹੀ ਸਾਡੀ ਇਕਨੋਮੀ ਚੱਲਦੀ ਹੈ ਅਤੇ ਟਰੱਕ ਡਰਾਈਵਰ ਚਲਾਉਂਦੇ ਨੇ। ਪਰ ਡਰਾਈਵਰ ਵੀਰਾਂ ਦੇ ਉੱਪਰ ਕੋਈ ਵੀ ਨਾ ਤਾਂ ਲੇਬਰ ਲਾਜ਼ ਇੰਪਲੀਮੈਂਟ ਹੋ ਰਹੇ, ਇੱਥੋਂ ਤੱਕ ਕਿ ਕਿਸੇ ਰਿਕਾਰਡ 'ਤੇ ਵੀ ਨਹੀਂ ਹੁੰਦਾ ਉਹਨਾਂ ਦਾ ਕੰਮ ਕਿ ਉਹ ਕਿੰਨੇ ਘੰਟੇ ਟਰੱਕ ਚਲਾ ਰਹੇ ਨੇ, ਕਿੰਨੇ ਘੰਟੇ ਦਿਨ ਰਾਤ ਜਾ ਕੇ ਮਿਹਨਤ ਕਰ ਰਹੇ ਨੇ, ਕਿਸੇ ਰਿਕਾਰਡ 'ਤੇ ਵੀ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਕਿਤੇ ਰਜਿਸਟ੍ਰੇਸ਼ਨ ਹੀ ਨਹੀਂ ਹੈ, ਉਹਨਾਂ ਦਾ ਕਿਤੇ ਰਿਕਾਰਡ ਹੀ ਨਹੀਂ ਹੈ ਕਿ ਉਹ ਵੀ ਕੰਮ ਕਰ ਰਹੇ ਨੇ। ਇਕਨੋਮੀ ਚਲਾਉਣ ਵਾਲੇ ਹੋ ਕੇ ਵੀ ਉਹ ਔਨ ਰਿਕਾਰਡ ਇਕਨੋਮੀ ਜਿਹੜੇ ਤੇ ਕਿਤੇ ਦਿਖਾਈ ਨਹੀਂ ਦਿੰਦੇ। ਸੋ ਇਸ ਕਰਕੇ ਅੱਜ ਮੈਂ ਪੰਜਾਬ ਵਿਧਾਨ ਸਭਾ 'ਚ ਇਸ਼ੂ ਰੇਜ਼ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ 7,16,000 ਟਰਾਂਸਪੋਰਟ ਵਹੀਕਲ ਨੇ, ਜੇ 7,16,000 ਟਰਾਂਸਪੋਰਟ ਵਹੀਕਲ ਨੇ ਤਾਂ ਨੈਚੁਰਲੀ ਹੈ ਕਿ ਇੰਨੇ ਹੀ 7,16,000 ਹੀ ਡਰਾਈਵਰ ਵੀ ਨੇ। ਪਰ ਜੋ ਰਿਕਾਰਡ ਸਾਡੇ ਲੇਬਰ ਮਿਨਿਸਟਰ ਨੇ ਪ੍ਰੈਜੈਂਟ ਕੀਤਾ ਉਹਨਾਂ ਦੇ ਮੁਤਾਬਕ ਸਿਰਫ 11,000 ਡਰਾਈਵਰ ਉਹਨਾਂ ਕੋਲ ਰਜਿਸਟਰਡ ਨੇ, 7 ਲੱਖ ਤੋਂ ਜ਼ਿਆਦਾ ਕਿਸੇ ਰਿਕਾਰਡ 'ਤੇ ਨਹੀਂ ਨੇ। ਸੋ ਮੈਂ ਇਸ਼ੂ ਰੇਜ਼ ਕੀਤਾ ਕਿ ਡਰਾਈਵਰ ਜਦੋਂ ਰਿਕਾਰਡ 'ਤੇ ਨਹੀਂ ਹੈ ਉਹਨਾਂ ਦਾ ਇਸ ਕਰਕੇ ਕੋਈ ਨਾ ਤਾਂ ਜਿਹੜਾ ESI ਹੈ ਜਿਹੜੀ ਸਟੇਟ ਇੰਸ਼ੋਰੈਂਸ ਹੈ ਨਾ ਤਾਂ ਉਹ ਹੱਕ ਉਹਨਾਂ ਨੂੰ ਮਿਲ ਰਿਹਾ, ਨਾ EPF ਦਾ ਹੱਕ ਉਹਨਾਂ ਨੂੰ ਮਿਲ ਰਿਹਾ, ਨਾ ਹੀ ਉਹਨਾਂ ਦੇ ਕੋਈ ਵਰਕਿੰਗ ਆਵਰਸ ਫਿਕਸ ਨੇ, ਨਾ ਹੀ ਉਹਨਾਂ ਦੀ ਲੌਗ ਬੁੱਕ ਹੈ, ਨਾ ਹੀ ਉਹਨਾਂ ਦਾ ਹਾਜ਼ਰੀ ਰਜਿਸਟਰ ਹੈ, ਮਤਲਬ ਕਿ ਬਿਲਕੁਲ ਵਾਇਲੇਸ਼ਨ ਹੋ ਰਹੀ ਹੈ ਉਹਨਾਂ ਦੇ ਰਾਈਟਸ ਦੀ। ਸੋ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਹੱਲ ਹੋਣਾ ਚਾਹੀਦਾ। ਸੋ ਸਾਡੇ ਲੇਬਰ ਮਿਨਿਸਟਰ ਨੇ ਇਸ ਚੀਜ਼ ਦਾ ਭਰੋਸਾ ਦਿੱਤਾ, ਇੱਕ ਤਾਂ ਸਾਰਿਆਂ ਨੂੰ ਉਹ ਲੀਗਲ ਫਰੇਮਵਰਕ 'ਚ ਲੈ ਕੇ ਆਉਂਗੇ, ਸਾਰਿਆਂ ਦੀ ਰਜਿਸਟ੍ਰੇਸ਼ਨ ਕਰੂੰਗੇ ਔਰ ਰਜਿਸਟ੍ਰੇਸ਼ਨ ਕਰਕੇ ਜਿਹੜੇ ਸਾਰੇ ਲੇਬਰ ਲਾਜ਼ ਹੈ ਉਹਨਾਂ ਦੇ ਉੱਪਰ ਇੰਪਲੀਮੈਂਟ ਕਰਵਾਏ ਜਾਣਗੇ। ਇੱਕ ਚਿਰ ਆਪਾਂ ਆਮ ਤੌਰ ਤੇ ਦੇਖਦੇ ਹਾਂ ਵੀ ਡਰਾਈਵਰਾਂ ਨੂੰ ਜਦੋਂ ਨਾ ਇੱਕ ਬੜੀ ਮਾੜੀ ਕੈਟਾਗਰੀ ਦੇ ਤੌਰ ਤੇ ਲੋਕ ਦੇਖਦੇ ਨੇ, ਜਦਕਿ ਦੇਖਿਆ ਜਾਵੇ ਜਿਵੇਂ ਤੁਸੀਂ ਕਿਹਾ ਵੀ ਮੇਨ ਥੰਮ ਨੇ ਉਹਨਾਂ ਦੇ ਉਹ ਗੱਡੀਆਂ ਚਲਾਉਂਦੇ ਨੇ ਤਾਂ ਹੀ ਉਹ ਕਿਸੇ ਦਾ ਰੋਟੀ ਪਾਣੀ ਪਹੁੰਚਦਾ, ਕਿਸੇ ਅੱਡ ਅੱਡ ਸਾਧਨ ਨੇਗੇ, ਇਹਨਾਂ ਸਾਰੀਆਂ ਦੇ ਵਿੱਚ ਜੇ ਦੇਖਿਆ ਜਾਵੇ ਜਦੋਂ ਸ਼ੁਰੂਆਤ ਜਿਵੇਂ ਹੁਣ ਤੁਸੀਂ ਕਰੀ ਆਖਰਕਾਰ ਵੀ ਇਹਨਾਂ ਨੂੰ ਮੇਨ ਲੀਡ ਲਾਈਨ 'ਚ ਲੈ ਕੇ ਆਈਏ ਕਿਸੇ ਐਕਟ ਦੇ ਆਧਾਰੇ 'ਚ ਇਹ ਆਉਣ, ਆਮ ਤੌਰ 'ਤੇ ਪਰੇਸ਼ਾਨੀਆਂ ਤੁਸੀਂ ਕੀ ਦੇਖੀਆਂ ਨੇ ਕਿ ਜਿਹ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਆਖਰਕਾਰ ਯਾਰ ਇਹਨਾਂ ਦਾ ਵੀ ਹੱਕ ਬਣਦਾ, ਇਹਨਾਂ ਦੀ ਵੀ ਜ਼ਿੰਦਗੀ ਹੈ, ਇਹਨਾਂ ਦੇ ਵੀ ਘਰ ਪਰਿਵਾਰ ਨੇ? ਦੇਖੋ, ਇੱਕ ਤਾਂ ਕੋਈ ਵਰਕਿੰਗ ਆਵਰਸ ਫਿਕਸ ਨਹੀਂ ਹੈ, ਡਰਾਈਵਰ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਲਗਾਤਾਰ ਚੱਲਦੇ ਨੇ, ਐਕਸੀਡੈਂਟ ਵੀ ਹੋ ਜਾਂਦੇ ਨੇ, ਇਸੇ ਕਰਕੇ ਜਿਹੜੇ ਉਹ ਜਿਹੜੇ ਹਾਦਸੇ ਹੈ
ਉਹਨਾਂ ਨੂੰ ਸੱਦਾ ਮਿਲਦਾ ਔਰ ਦੂਜੇ ਪਾਸੇ ਜਿੱਥੇ ਜਾ ਕੇ ਉਹਨਾਂ ਨੇ ਅਨਲੋਡ ਕਰਨਾ ਹੁੰਦਾ ਜਾਂ ਲੋਡ ਕਰਨਾ ਹੁੰਦਾ ਉੱਥੇ ਉਹਨਾਂ ਨੂੰ ਕਈ ਵਾਰ ਕਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਬਿਲਕੁਲ ਇਨਹਿਊਮਨ ਕੰਡੀਸ਼ਨ ਦੇ ਵਿੱਚ ਕਈ ਕਈ ਦਿਨ ਇੰਤਜ਼ਾਰ ਕਰਨਾ ਹੁੰਦਾ ਔਰ ਸੜਕਾਂ ਦੇ ਉੱਪਰ ਜਿਹੜੀ ਰੈਸਟ ਰੂਮ ਦੀ ਫੈਸਿਲਿਟੀ ਹੈ ਉਹ ਆਮ ਤੌਰ ਤੇ ਜਿਹੜੀ ਨਹੀਂ ਮਿਲਦੀ ਹੈ ਔਰ ਨਾਲ ਹੀ ਦੇਖੋ ਜਦੋਂ ਜਿਹੜਾ ਪਤਾ ਨਹੀਂ ਕਿੰਨਾ ਕਿੰਨਾ ਓਵਰਲੋਡ ਲੈ ਕੇ ਉਹਨਾਂ ਨੂੰ ਜਾਣਾ ਪੈਂਦਾ ਜਦੋਂ ਓਵਰਲੋਡ ਲੈ ਕੇ ਜਿੰਨਾ ਉਹਦਾ ਬਰਡਨ ਟਰੱਕ ਤੇ ਹੁੰਦਾ ਮੈਂ ਸਮਝਦਾ ਉਨਾ ਹੀ ਬਰਡਨ ਉਹਦਾ ਓਵਰਲੋਡ ਦਾ ਡਰਾਈਵਰ ਤੇ ਵੀ ਹੁੰਦਾ ਡਰਾਈਵਰ ਨੂੰ ਵੀ ਉਹਨੇ ਸਖਤ ਹਾਲਾਤਾਂ ਦੇ ਵਿੱਚ ਜਿਹੜਾ ਉਹਨੂੰ ਲੈ ਕੇ ਗੱਡੀ ਨੂੰ ਜਾਣਾ ਪੈਂਦਾ ਸੋ ਇਹ ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੀਆਂ ਸਾਨੂੰ ਕੰਪਲੇਂਟਸ ਇਸ ਚੀਜ਼ਾਂ ਮਿਲਦੀਆਂ ਨੇ ਕਿ ਬਣਦਾ ਮਿਹਨਤਾਨਾ ਵੀ ਜਿਹੜਾ ਉਹ ਡਰਾਈਵਰਾਂ ਨੂੰ ਨਹੀਂ ਮਿਲਦਾ ਅਦਰਵਾਈਜ਼ ਤੁਸੀਂ ਦੇਖ ਲਓ ਆਹੀ ਸਾਡੇ ਪੰਜਾਬੀ ਹੈ ਜਿਹੜੇ ਕੈਨੇਡਾ 'ਚ ਜਾ ਕੇ ਅਮਰੀਕਾ 'ਚ ਜਾ ਕੇ ਅਰਬ ਦੇਸ਼ਾਂ 'ਚ ਜਾ ਕੇ ਉੱਥੇ ਵੀ ਇਹੀ ਡਰਾਈਵਰੀ ਕਰਦੇ ਨੇ ਪਰ ਕਿਉਂਕਿ ਉੱਥੇ ਲਾਅਸ ਚੰਗੇ ਨੇ ਉੱਥੇ ਲੇਬਰ ਲਾਅਸ ਚੰਗੇ ਨੇ ਉਹ ਉੱਥੇ ਇਸ ਕਰਕੇ ਜਿਹੜਾ ਇਸ ਚੀਜ਼ ਨੂੰ ਵੀ ਇੱਕ ਸਟੇਟਸ ਦੇ ਨਾਲ ਕਰਦੇ ਨੇ ਪਰ ਇੱਥੇ ਇਹਨਾਂ 'ਤੇ ਚੰਗੀ ਲਾਅਸ ਇੰਪਲੀਮੈਂਟ ਨਾ ਹੋਣ ਕਰਕੇ ਡਰਾਈਵਰ ਵੀਰਾਂ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਰੱਖੀ ਜਾ ਰਹੀ ਹੈ ਜੇ ਲਾਅਸ ਉਹਨਾਂ 'ਤੇ ਇੰਪਲੀਮੈਂਟ ਹੋ ਜਾਣ ਤਾਂ ਉਹ ਵੀ ਬਾਕੀ ਕੰਮਾਂ ਦੇ ਵਾਂਗ ਇੱਕ ਸਟੇਟਸ ਦੇ ਨਾਲ ਆਪਣੇ ਹੱਕ ਜਿਹੜੇ ਉਹ ਲੈ ਸਕਦੇ ਬਿਲਕੁਲ ਸਟੇਟਸ ਮਿਲ ਜਾਂਦਾ ਫਿਰ ਇੱਕ ਜ਼ਿੰਦਗੀ ਜਿਉਣੀ ਬੜੀ ਸੌਖੀ ਹੋ ਜਾਂਦੀ ਹੈ ਦੂਜੇ ਪਾਸੇ ਜਿਹੜਾ ਹਿਮਾਚਲ ਵਾਲਾ ਮਸਲਾ ਕੀ ਉਲਝਿਆ ਹੋਇਆ ਕਿ ਕਾਫੀ ਸਮੇਂ ਤੋਂ ਗੱਲ ਇਹ ਹੈ ਵੀ ਉਰੋਂ ਦੀ ਗੱਡੀ ਉੱਥੇ ਨਹੀਂ ਜਾ ਸਕਦੀ ਉੱਥੋਂ ਦੀ ਗੱਡੀ ਹੈ ਜਿਹੜੀ ਉਰੇ ਆ ਕੇ ਆਖਰ ਕੰਮ ਕਰਕੇ ਲੈ ਜਾਂਦੀ ਆ ਉਰੇ ਵਾਲੇ ਲੋਕਾਂ ਤੋਂ ਜੇ ਕਿਹਾ ਜਾਵੇ ਅਜਿਹਾ ਕੀ ਫਰਕ ਪੈ ਗਿਆ ਜਿਹੜੇ ਉਹਨਾਂ ਕੋਲ ਹੈਗੀ ਆ ਉੱਥੇ ਵਾਲੇ ਕੋ ਇਹਦੇ 'ਚ ਹਿਮਾਚਲ ਦੇ ਵਿੱਚ ਤੁਹਾਨੂੰ ਪਤਾ ਕਿ ਵੱਡੀ ਸੀਮੈਂਟ ਇੰਡਸਟਰੀ ਹੈ ਸੀਮੈਂਟ ਇੰਡਸਟਰੀ ਲਈ ਜੇ ਐਸ਼ ਜਾਂਦੀ ਹੈ ਸਵਾਹ ਜਾਂਦੀ ਹੈ ਉਹ ਪੰਜਾਬ ਤੋਂ ਜਾਂਦੀ ਹੈ ਉਹਦੇ ਲਈ ਜੇ ਜਿਪਸਮ ਜਾਂਦਾ ਜਾਂ ਹੋਰ ਮਟੀਰੀਅਲ ਜਾਂਦਾ ਉਹ ਰਾਜਸਥਾਨ ਤੋਂ J&K ਤੋਂ ਆ ਕੇ ਪੰਜਾਬ ਦੇ ਵਿੱਚ ਲੋਡ ਹੋ ਕੇ ਜਾਂਦਾ ਉਹ ਜਿਹੜਾ ਸਾਰਾ ਮਟੀਰੀਅਲ ਹੈ ਉਹ ਪੰਜਾਬ ਦੇ ਟਰੱਕ ਲੋਡ ਕਰਕੇ ਨਹੀਂ ਲੈ ਕੇ ਜਾਂਦੇ ਉਹ ਹਿਮਾਚਲ ਦੇ ਟਰੱਕ ਲੋਡ ਕਰਕੇ ਲੈ ਕੇ ਜਾਂਦੇ ਆ ਹਿਮਾਚਲ ਦੇ ਟਰੱਕ ਲੋਡ ਕਰਕੇ ਇਸ ਲਈ ਲੈ ਕੇ ਜਾਂਦੇ ਆ ਕਿਉਂਕਿ ਪੰਜਾਬ ਦਿਆਂ ਟਰੱਕਾਂ ਨੂੰ ਇਹ ਅਲਾਊਡ ਨਹੀਂ ਹੈ ਕਿ ਉਹ ਹਿਮਾਚਲ ਤੋਂ ਕੋਈ ਮਟੀਰੀਅਲ ਪੰਜਾਬ 'ਚ ਲੈ ਕੇ ਆ ਸਕਣ ਜਦੋਂ ਹਿਮਾਚਲ ਤੋਂ ਉਹਨਾਂ ਨੂੰ ਵਾਪਸੀ ਦਾ ਮਟੀਰੀਅਲ ਨਹੀਂ ਮਿਲਦਾ ਫਿਰ ਪੰਜਾਬ ਵਾਲਿਆਂ ਨੂੰ ਇਹ ਵਾਰ ਹੀ ਨਹੀਂ ਖਾਂਦਾ ਇੱਥੋਂ ਮਟੀਰੀਅਲ ਲੈ ਕੇ ਜਾਣਾ ਉਹਨਾਂ ਦੇ ਟਰੱਕ ਪੰਜਾਬ ਤੋਂ ਮਟੀਰੀਅਲ ਲੈ ਕੇ ਜਾਂਦੇ ਆ ਤਾਂ ਸਾਡੇ ਟਰੱਕਾਂ ਨੂੰ ਵੀ ਪੰਜਾਬ ਦੇ ਟਰੱਕਾਂ ਨੂੰ ਵੀ ਉੱਥੋਂ ਮਟੀਰੀਅਲ ਜਿਹੜਾ ਦੇਣਾ ਅਲਾਓ ਕਰਨ ਕਿਉਂਕਿ ਇਕੱਲੇ ਰੋਪੜ ਦੇ ਵਿੱਚੋਂ ਇਕੱਲੇ ਰੋਪੜ ਜ਼ਿਲ੍ਹੇ ਦੇ ਵਿੱਚੋਂ 300 ਟਰੱਕ ਰੋਜ਼ ਦਾ ਹਿਮਾਚਲ ਦਾ ਭਰ ਕੇ ਜਾਂਦਾ 300 ਟਰੱਕ ਦਾ ਮਤਲਬ ਹੈ ਕਿ 50 ਲੱਖ ਰੁਪਈਆ ਰੋਜ਼ ਦਾ ਜਿਹੜਾ ਪੰਜਾਬੀਆਂ ਨੇ ਕਮਾਉਣਾ ਇੱਕ ਜ਼ਿਲ੍ਹੇ ਦੇ ਵਿੱਚੋਂ ਉਹ ਹਿਮਾਚਲ ਦੇ ਲੋਕ ਕਮਾ ਰਹੇ ਨੇ ਇਸ ਤਰ੍ਹਾਂ ਰੋਜ਼ ਦਾ ਕਰੋੜਾਂ ਰੁਪਈਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਰਿਹਾ ਸੋ ਇਸ ਸੰਬੰਧੀ ਮੈਂ ਅੱਜ ਕਾਲ ਅਟੈਂਸ਼ਨ ਮੂਵ ਕੀਤੀ ਸੀਗੀ ਕਾਲ ਅਟੈਂਸ਼ਨ 'ਤੇ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਭੁੱਲਰ ਸਾਹਿਬ ਉਹਨਾਂ ਨੇ ਇਹ ਐਲਾਨ ਕੀਤਾ ਕਿ ਉਹ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸੰਬੰਧੀ ਕੇਂਦਰ ਸਰਕਾਰ ਦੇ ਨਾਲ ਵੀ ਪੈਰਵਾਈ ਕਰਨਗੇ ਔਰ ਹਿਮਾਚਲ ਸਰਕਾਰ ਦੇ ਨਾਲ ਵੀ ਪੈਰਵਾਈ ਕਰਨਗੇ ਇਹਦੇ ਵਿੱਚ ਦੇਖਿਆ ਜਾਵੇ ਚਲੋ ਜੇ ਇਸ ਲਾਈਨ ਤੋਂ ਹਟ ਜਾਈਏ ਜੇ ਹੁਣ ਜਿਹੜੀ ਆਮ ਧਾਰਨਾ ਚੱਲੀ ਹੋਈ ਹੈ ਪੰਜਾਬ 'ਚ ਇੱਕ ਲਗਾਤਾਰ ਤੁਸੀਂ ਵੀ ਮੁੱਦਾ ਉੱਠਦਾ ਦੇਖਿਆ ਹੋਣਾ ਸਰਕਾਰਾਂ ਹਾਲਾਂਕਿ ਉਹਦੇ ਕੰਨੀ ਦੇਖਦਾ ਰਹੀਆਂ ਨੇ ਚਲੋ ਛੇੜ ਨਹੀਂ ਰਹੀਆਂ ਆਮ ਤੌਰ ਤੇ ਕਿਹਾ ਜਾ ਰਿਹਾ ਵੀ ਪੰਜਾਬੀਆਂ ਨੂੰ ਉਰੇ ਨੌਕਰੀਆਂ ਪੰਜਾਬੀਆਂ ਨੂੰ ਦਿਓ ਉਰੇ ਰੋਜ਼ਗਾਰ ਪੰਜਾਬੀਆਂ ਨੂੰ ਦਿਓ ਇੰਡਸਟਰੀ ਲੱਗ ਜਾਂਦੀ ਆ ਕੰਮ ਆਉਂਦੇ ਨੇ ਬਾਹਰ ਵਾਲੇ ਕਰਦੇ ਨੇਗੇ ਹਿਮਾਚਲ ਦੇ ਨਾਲ ਵੀ ਜੇ ਜੁੜਿਆ ਹੋਇਆ ਦੇਖਿਆ ਜਾਵੇ ਬਹੁਤ ਵੱਡੀ ਹਿਮਾਚਲ ਦੀ ਆਬਾਦੀ ਹੈ ਜਿਹੜੀ ਉਹ ਉਰੇ ਵੱਸ ਚੁੱਕੀ ਹੈ ਤੇ ਆਪਦੇ ਘਰਾਂ ਨੂੰ ਹੋਟਲ 'ਚ ਸ਼ਿਫਟ ਕਰ ਚੁੱਕੀ ਹੈ ਦੋਨੇ ਹੱਥ ਲੱਡੂ ਫਿਰ ਜਦੋਂ ਗੱਲ ਉਰੇ ਆ ਜਾਂਦੀ ਹੈ ਵੀ ਕਰੋ ਰੋਜ਼ਗਾਰ ਦੇ ਵਿੱਚ ਫਿਰ ਉਹ ਵਿਤਕਰਾ ਕਰ ਕਿਉਂ ਦੇਖਦੇ ਨੇ ਯਾਨੀ ਕਿ ਸਰਕਾਰਾਂ ਡਿਫਰੈਂਸ ਪੈਦਾ ਕਰ ਰਹੀਆਂ ਨੇ ਲੋਕਾਂ ਦੇ ਵਿੱਚ ਨਹੀਂ ਦੇਖੋ ਤਾਂ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤਾਂ ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਜਿਹੜਾ ਉਹ ਕਹਿ ਦਿੱਤਾ ਐਲਾਨ ਵੀ ਕਰ ਦਿੱਤਾ ਲਾਗੂ ਵੀ ਕਰਵਾ ਦਿੱਤਾ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਪ੍ਰਾਈਵੇਟ ਉਹ 100% ਨੌਕਰੀਆਂ ਪੰਜਾਬੀਆਂ ਨੂੰ ਦੇਵੇਗੀ ਜਦੋਂ ਤੱਕ ਕਿ ਕੋਈ ਐਸੀ ਗੱਲ ਕੰਡੀਸ਼ਨ ਨਾ ਹੋਵੇ ਕਿ ਜਿਹੜਾ ਟੈਲੈਂਟ ਉਹਨਾਂ ਨੂੰ ਚਾਹੀਦਾ ਜਿਹੜੀ ਸਕਿੱਲ ਉਹਨਾਂ ਨੂੰ ਚਾਹੀਦੀ ਉਹ ਪੰਜਾਬ 'ਚ ਮਿਲ ਨਹੀਂ ਰਹੀ ਉਦੋਂ ਬਾਹਰੋਂ ਲਿਆ ਸਕਦੇ ਨੇ ਉਦੋਂ ਵੀ ਪਹਿਲਾਂ ਸਰਕਾਰ ਨੂੰ ਦੱਸਣਗੇ ਕਿ ਸਾਨੂੰ ਆਹ ਚੀਜ਼ ਨਹੀਂ ਮਿਲ ਰਹੀ ਤਾਂ ਲਿਆ ਰਹੇ ਹਾਂ ਤਾਂ ਕਿ ਸਰਕਾਰ ਅੱਗੇ ਨੂੰ ਪੈਦਾ ਕਰ ਸਕੇ ਸੋ ਇਹ ਜਿਹੜੀ ਨਲੇਕੀ ਸੀ ਉਹ ਪਿਛਲੀਆਂ ਸਰਕਾਰਾਂ ਦੀ ਸੀ ਨਹੀਂ ਹਿਮਾਚਲ ਗਵਰਨਮੈਂਟ ਦੀ ਕੀ ਕਿੱਡੀ ਕੇ ਦੇਖਦੇ ਹੋ ਤੁਸੀਂ ਕਿ ਆਖਰਕਾਰ ਉਹ ਵੀ ਪ੍ਰੋਤਸਾਹਨ ਦੇ ਰਹੀਆਂ ਨੇ ਇਹ ਚੀਜ਼ਾਂ ਨੂੰ ਵੀ ਆਖਰ ਠੀਕ ਹੈ ਉੱਥੇ ਵਾਲੇ ਬੰਦੇ ਦਾ ਟਰੱਕ ਜਿਵੇਂ ਮਰਜ਼ੀ ਭਰੀ ਜਾਓ ਅਸੀਂ ਬਾਕੀਆਂ ਨੂੰ ਭਰਨ ਦਿੰਦੇ ਦੇਖੋ ਹਿਮਾਚਲ ਗਵਰਨਮੈਂਟ ਪ੍ਰੋਤਸਾਹਨ ਤਾਂ ਹੀ ਦੇ ਰਹੀ ਹੈ ਨਾ ਜੇਕਰ ਹੁਣ ਤੱਕ ਪੰਜਾਬ ਦੀਆਂ ਸਰਕਾਰਾਂ ਨੇ ਪੈਰਵਾਈ ਨਹੀਂ ਕੀਤੀ ਜੇਕਰ ਪੰਜਾਬ ਦੀਆਂ ਸਰਕਾਰਾਂ ਨੇ ਆਪਣੀ ਲੜਾਈ ਹੁਣ ਤੱਕ ਲੜੀ ਹੁੰਦੀ ਫਿਰ ਹਿਮਾਚਲ ਗਵਰਨਮੈਂਟ ਇਸ ਲੈਵਲ ਤੱਕ ਨਹੀਂ ਜਾ ਸਕਦੀ ਸੀਗੀ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਹੁਣ ਅੱਜ ਟਰਾਂਸਪੋਰਟ ਮੰਤਰੀ ਸਾਹਿਬ ਨੇ ਕਹਿਤਾ ਕਿ ਇਸ ਚੀਜ਼ ਦੀ ਪੈਰਵਾਈ ਕੀਤੀ ਜਾਊਗੀ ਇਹ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਏਗੀ ਬਿਲਕੁਲ ਹੁਣ ਦੇਖਣਾ ਹੋਊਗਾ ਕਿ ਆਖਰ ਇਹਦੇ ਤੇ ਅੱਗੇ ਕਿਉਂਕਿ ਮੰਤਰੀ ਨੇ ਭਰੋਸਾ ਦਿੱਤਾ ਸਦਨ ਦੇ ਵਿੱਚ MLA ਨੂੰ ਤੇ ਇਹ ਕਹਿ ਸਕਦੇ ਹਾਂ ਕਿ ਜਦੋਂ MLA ਨੇ ਇਸ ਤਰ੍ਹਾਂ ਦਾ ਸਵਾਲ ਚੁੱਕਿਆ ਤਾਂ ਹਿਮਾਚਲ ਦਾ ਸਾਫ਼ ਤੌਰ ਤੇ ਪੰਜਾਬ ਦੇ ਨਾਲ ਧੱਕਾ ਨਜ਼ਰ ਪੈਂਦਾ ਪਰ ਕੇਂਦਰ ਇੰਟਰਵੀਨ ਕਰੂਗਾ ਇਸ ਮਾਮਲੇ ਨੂੰ ਸੁਲਝਾਊਗਾ ਦੂਜੇ ਪਾਸੇ ਗੱਲ ਇਹ ਕਿ ਡਰਾਈਵਰ ਆ ਵੀਰਾਂ ਦੇ ਵਾਸਤੇ ਜਿਹੜਾ ਮੁੱਦਾ ਚੱਕਿਆ ਗਿਆ ਖੈਰ ਉਹ ਹੱਲ ਹੋਣਾ ਲਾਜ਼ਮੀ ਜਾ ਬਣਦਾ ਕਿ ਹੋਵੇ ਤਾਂ ਉਹਦੇ ਨਾਲ ਉਹਨਾਂ ਦੇ ਘਰ ਵੀ ਸੁਖੀ ਹੋ ਸਕਣ ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਸਿੰਗ ਰੋਜ਼ਾਨਾ ਸਪੋਕਸਮੈਨ TV ਚੰਡੀਗੜ੍ਹ।